ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਾਰੇ ਕਵੀ ਆ ਤੇ ਮੈਂ ਤਾਂ ਵਾਰਤਾ ਲਿਖਣ ਵਾਲਾ ਹਾਂ। ਜਿੱਦਾਂ ਇੱਕ ਆਮ ਬੱਚੇ ਮਾੜੀ ਮੋਟੀ ਚਿੱਠੀ ਲਿਖ ਲੈਂਦੇ, ਇਸ ਤਰ੍ਹਾਂ ਦੀ ਮੇਰੀ ਵਾਰਤਾ ਹੁੰਦੀ, ਕਿਉਂਕਿ ਮੈਂ ਬਹੁਤੇ PhD ਪੰਜਾਬੀ ਵਾਲੇ ਜਿੱਦਾਂ ਦੇ ਕੀਤੇ ਉਹਦੇ ਬੜੇ ਮੋਟੇ ਮੋਟੇ ਸੰਸਕ੍ਰਿਤ ਦੇ ਜਾਂ ਫਾਰਸੀ ਦੇ ਸ਼ਬਦ ਨਹੀਂ ਇਸਤੇਮਾਲ ਕਰਦਾ। ਜਿਹੋ ਜਿਹੀ ਮੇਰੀ ਦੁਆਬੇ ਦੀ ਪੰਜਾਬੀ ਬੋਲੀ ਉਹੀ ਜਿਹੀ ਮੇਰੀ ਲਿਖਤਾਂ ਵਿੱਚ ਹੁੰਦੀ ਹੈ। ਇਤਿਹਾਸ, ਵੈਸੇ ਮੈਂ ਕਾਮਰਸ ਗ੍ਰੈਜੂਏਟ ਹਾਂ, 1957 'ਚ BCOM ਕੀਤੀ ਸੀ, ਜਦੋਂ ਪੰਜਾਬ 'ਚ BCOM ਹੁੰਦੀ ਹੀ ਨਹੀਂ ਸੀ, ਅਤੇ ਉੱਧਰ ਕੀਤੀ ਸੀ ਮੈਂ ਟਾਟਾ ਨਗਰ, ਅਤੇ ਇੱਧਰ ਬੜੀ ਜਲਦੀ ਫਿਰ ਨੌਕਰੀ ਮਿਲ ਗਈ, ਫਿਰ ਮੁੜ ਕੇ ਫਿਰ ਟਾਟਾ ਨਗਰ ਗਿਆ ਨਹੀਂ ਮੈਂ, ਕਿਉਂਕਿ BCOM ਹੁਣੇ ਕਰਕੇ ਮਾਰਕਫੈੱਡ ਵਾਲਿਆਂ ਨੇ ਫਟਾਫਟ ਮੈਨੂੰ ਇੱਧਰ ਰੱਖ ਲਿਆ ਸੀ। ਅਤੇ ਇਤਿਹਾਸ ਨਾਲ ਮੇਰਾ ਵੈਸੇ ਲਗਾਓ ਆ, ਹਾਲਾਂਕਿ ਕਾਮਰਸ ਗ੍ਰੈਜੂਏਟ ਨੂੰ ਇਤਿਹਾਸ ਨਹੀਂ ਆਉਣਾ ਚਾਹੀਦਾ, ਤਾਂ ਮੈਂ ਬਹੁਤ ਇਤਿਹਾਸ ਡੂੰਘਾ ਪੜਚੋਲ ਕਰਨੀ, ਕਿਤੇ ਵੀ ਕਿਤਾਬ ਮਿਲੇ ਸਹੀ ਕੋਈ। ਹੁਣ ਮੈਨੂੰ ਰੀਸੈਂਟਲੀ ਕਿਤਾਬ ਮਿਲੀ ਆ ਮਹਾਰਾਜਾ ਰਣਜੀਤ ਸਿੰਘ ਦੇ, ਜਿਹੜੇ ਸੀਗੇ ਨਾ ਤਿੰਨ ਫਕੀਰ ਭਰਾ ਸੀ, ਫਕੀਰ ਏ ਉਹਨਾਂ ਦਾ ਖਿਤਾਬ ਸੀਗਾ, ਜਾਣੀ ਫਕੀਰ ਅਜ਼ੀਜ਼ੁੱਦੀਨ, ਫਕੀਰ ਇਮਾਮੁੱਦੀਨ ਅਤੇ ਫਕੀਰ ਨੂਰੁੱਦੀਨ। ਇਹ ਤਿੰਨੇ ਇਹਨਾਂ ਦੇ ਇੱਕ ਵਜ਼ੀਰਾਂ ਜਿੰਨੇ ਇਹਨਾਂ ਦੇ ਰੁਤਬੇ ਸੀ। ਜਿਹੜਾ ਫਕੀਰ ਅਜ਼ੀਜ਼ੁੱਦੀਨ ਸੀ ਇਹਦੇ ਕੋਲ ਫੋਰਨ ਮਿਨਿਸਟਰ ਦਾ ਅਹੁਦਾ ਸੀ, ਅਤੇ ਜਿਹੜਾ ਸੀਗਾ ਇਮਾਮੁੱਦੀਨ ਉਹਦੇ ਕੋਲ ਹੋਰ ਦੀਵਾਨ ਵਗੈਰਾ ਦਾ ਕੰਮ ਸੀ, ਅਤੇ ਜਿਹੜਾ ਨੂਰੁੱਦੀਨ ਸੀ ਉਹਦੇ ਕੋਲ ਮਹਾਰਾਜ ਦੇ ਮਹਿਲਾਂ ਦਾ, ਜਿਹਨੂੰ ਹਰਮ ਕਹਿੰਦੇ ਆ ਫਾਰਸੀ ਵਿੱਚ, ਉਹ ਇੰਚਾਰਜ ਸੀ ਹਰਮ ਦਾ। ਕਿਉਂਕਿ ਤਿੰਨੇ ਭਰਾ ਮੁਸਲਮਾਨ, ਫਕੀਰ ਵੀ ਇਹਨਾਂ ਨੂੰ ਤਾਂ ਕਹਿੰਦੇ ਸੀ, ਇਹਨਾਂ ਦੀ ਜੀਵਨੀ ਫਕੀਰਾਂ ਵਰਗੀ ਸੀ, ਅਮੀਰ ਜਾਂ ਜੋ ਮਹਾਰਾਜਾ ਨੇ ਜੋ ਦਿੱਤਾ ਹੋਊਗਾ ਬਹੁਤ ਸੀਗੇ, ਲੇਕਿਨ ਕਰੈਕਟਰ ਦੇ ਬਹੁਤ ਹਾਈ ਸੀਗੇ। ਔਰ ਇਹ ਮਹਾਰਾਜੇ ਨੂੰ ਵੀ ਸੇਧ ਦਿੰਦੇ ਰਹਿੰਦੇ ਸੀ, ਮਹਾਰਾਜਾ ਕਿਉਂਕਿ ਸ਼ਰਾਬ ਪੀਂਦਾ ਸੀ, ਵੀ ਪੀ ਕੇ ਕੋਈ ਦੇਖ ਤੂੰ ਮਹਾਰਾਜਾ, ਤੂੰ ਐਵੀਂ ਆਮ ਜੱਟਾਂ ਜਿਹਾ ਵਾਲੀ ਕੋਈ ਹਰਕਤ ਨਾ ਕਰੀ ਵੀ ਜਿਹਦੇ ਨਾਲ ਮਹਾਰਾਜਾ ਦੀ ਜਾਣੀ ਕੋਈ ਜਾਣੀ ਗੱਲ ਹੋਵੇ, ਅਤੇ ਯੂਜ਼ ਟੂ ਐਡਵਾਈਜ਼ ਹਿਮ ਲਾਈਕ ਦੈਟ, ਜੋ ਕਿਤਾਬ ਦੇ ਵਿੱਚ। ਹੁਣ ਇਹਨਾਂ ਦੀ ਪੁਸ਼ਤ ਵਿੱਚ ਕਾਗਜ਼ ਦਾ ਘਰ ਬਹੁਤ ਪਏ ਸੀਗੇ, ਅਤੇ ਇਹਨਾਂ ਦੀ ਔਲਾਦ ਦੇ ਇੱਕ ਬੰਦੇ ਨੇ ਕਿਤਾਬ ਲਿਖੀ, ਰੀਅਲ ਰਣਜੀਤ ਸਿੰਘ, ਇੰਗਲਿਸ਼ 'ਚ ਕਿਤਾਬ ਮੈਨੂੰ ਹੁਣ ਰੀਸੈਂਟਲੀ ਮਿਲੀ, ਮੈਂ ਪਿੱਛੇ ਜਦੋਂ ਇੰਡੀਆ ਗਿਆ ਹੋਇਆ ਸੀ, ਮੈਂ ਬੜੀ ਪੜ੍ਹ ਕੇ, ਤਾਂ ਫਿਰ ਮੈਂ ਇੱਕ ਲੇਖ ਲਿਖਿਆ ਉਹਦੇ 'ਚੋਂ ਥੋੜ੍ਹਾ ਜਿਹਾ ਕੱਢ ਕੇ 5-6 ਸਫ਼ੇ ਦਾ, ਅਤੇ ਯਾਨੀ ਜਿਹਦੇ ਜਿਹੜੀਆਂ ਗੱਲਾਂ ਦਾ ਸਾਨੂੰ ਵੀ ਨਹੀਂ ਸੀ ਪਤਾ, ਤੁਹਾਨੂੰ ਵੀ ਨਹੀਂ ਪਤਾ ਹੋਣਾ, ਹੁਣ ਮੈਂ ਦੱਸਣੀ ਆ, ਮੈਂ ਕੋਲੋਂ ਅਥੈਂਟੀਕੇਟਡ ਹੋਰ ਵੀ ਕਈ ਜਗ੍ਹਾ 'ਤੇ ਦੇਖਿਆ ਵੀ ਰਣਜੀਤ ਸਿੰਘ ਦੇ 9 ਵਿਆਹ ਤਾਂ ਸਿੱਖ ਰੋਹ ਰੀਤੀ ਦੇ ਅਨੁਸਾਰ ਕੀਤੇ, 9 ਮੈਰਿਜਿਸ ਉਹਦੀਆਂ ਰਣਜੀਤ ਸਿੰਘ ਦੀ, 9 ਵਿਆਹ, 9 ਰਾਣੀਆਂ ਇਹ ਸੀਗੀਆਂ, 9 ਵਿਆਹ ਉਹਨੂੰ ਕਰੇਵਾ ਜੀ ਨੂੰ ਚਾਦਰ ਪਾ ਕੇ ਕਹਿੰਦੇ ਉਹ ਕੀਤੇ, ਉਹ ਸੀਗੇ ਵੀ ਜਿਹੜੇ ਵੀ ਇਲਾਕਾ ਉਹਨੂੰ ਜਿੱਤਿਆ ਉੱਥੇ ਦੀਆਂ ਜਿਹੜੀਆਂ ਔਰਤਾਂ ਮਤਲਬ ਸੀਗੀਆਂ ਉਹਨੂੰ ਮਿਲੀਆਂ ਕੋਈ ਉਹਨਾਂ ਦੀ ਜਾਇਦਾਦ ਹੜੱਪਣ ਲਈ ਜਾਂ ਜੋ ਵੀ ਕਰਨ ਲਈ, ਵੀ ਜੇ ਇਹਨਾਂ ਨੂੰ ਮੈਂ ਰਹਿਣ ਦਿੱਤਾ ਜੁਦੀਆਂ ਇਹ ਕਿਸੇ ਹੋਰ ਨਾਲ ਵਿਆਹ ਕਰਾ ਲੂਗੀਆਂ ਤਾਂ ਇਹਨਾਂ ਦੀ ਜਾਇਦਾਦ ਕਿਸੇ ਹੋਰ ਪਾਸੇ ਚਲੇ ਜਾਣੀਆਂ। ਉਹ 9 ਵਿਆਹ ਉਹਦੇ ਕਰੇਵੇ ਦੇ ਸੀ ਮਹਾਰਾਜਾ ਰਣਜੀਤ ਸਿੰਘ ਦੇ। ਇੱਥੋਂ ਤੱਕ ਕਿ ਇਹਦਾ ਇੱਕ ਫੁੱਫੜ ਸੀ ਸਗਾ ਮਹਾਰਾਜਾ ਰਣਜੀਤ ਸਿੰਘ ਦਾ, ਉਹਦਾ ਮੈਂ ਨਾਮ ਭੁੱਲ ਗਿਆ, ਉਹਦੇ ਕੋਲ 2 ਰਖੇਲਾਂ ਸੀਗੀਆਂ, ਬਹੁਤ ਖੂਬਸੂਰਤ ਸੀਗੀਆਂ ਉਹ, ਕੋਈ ਉਹਨਾਂ ਦੇ ਵੀ ਨਾਮ ਮੈਨੂੰ ਹੁਣ ਭੁੱਲ ਗਿਆ, ਇੱਥੇ ਯਾਦ ਨਹੀਂ, ਉਹਦੇ ਲੇਖ ਵਿੱਚ ਤਾਂ ਮੈਂ ਲਿਖਿਆ ਹੋਇਆ। ਅਤੇ ਹਾਲਾਂਕਿ ਉਹ ਵੀ ਕਿਸਮ ਦੀਆਂ ਜੇ ਦੇਖਿਆ ਜਾਵੇ ਕਰੈਕਟਰ ਦੇ ਹਿਸਾਬ ਨਾਲ, ਤਾਂ ਜੇ ਉਹਦੇ ਫੁੱਫੜ ਦੀਆਂ ਵਾਈਫ ਜੀ ਸੀ, ਇਹ ਕਿਸਮ ਦੀਆਂ ਰਖੇਲਾਂ ਜਿਹੜੀਆਂ ਸੀਆਂ ਉਹ ਵੀ ਇਹ ਖੋਹ ਕੇ ਲੈ ਆ। ਫੁੱਫੜ ਇਹਦਾ ਮਰ ਗਿਆ ਜਦੋਂ, ਤਾਂ ਇਹ ਗਿਆ ਤਾਂ ਭੂਆ ਦੇ ਕੋਲ ਅਫਸੋਸ ਕਰਨ ਦੇ ਬਹਾਨੇ, ਤਾਂ ਜਾ ਕੇ ਉਹਦੇ ਸਾਰਾ ਕਬਜ਼ਾ ਕਰ ਲਿਆ, ਜਾ ਕੇ ਜੋ ਵੀ ਉਹਦੀ ਮਿਸਲ ਸੀ ਉਹਦੇ 'ਤੇ ਕਬਜ਼ਾ ਕਰ ਲਿਆ। ਅਤੇ ਉਹ ਵੀ 2 ਬਹੁਤ ਖੂਬਸੂਰਤ ਸੀਗੀਆਂ, ਕਿਉਂਕਿ ਉਹਨਾਂ ਦੇ ਨਾਂ ਵੀ ਉਹ ਕਾਫੀ ਜਾਇਦਾਦ ਸੀ, ਉਹ ਵੀ ਇਹਨੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨਾਲ ਵੀ ਚਾਦਰ ਅੰਦਾਜ਼ੀ ਕਰ ਲਈ। ਇਸ ਤੋਂ ਇਲਾਵਾ 46 ਦੇ ਹਰਮ ਦੇ ਵਿੱਚ ਸੀਗੀਆਂ ਕੋਈ ਜਾਣੀ ਡਾਂਸਰਾਂ ਜਿਹੀਆਂ, ਜਿਨ੍ਹਾਂ ਨੂੰ ਕੋਈ ਰਾਣੀਆਂ ਵਾਲਾ ਦਰਜਾ ਵੈਸੇ ਹੈਗਾ ਸੀਗਾ ਉਹਨਾਂ ਦਾ ਵੀ, ਰਾਣੀਆਂ ਦਾ ਦਰਜਾ ਇਸ ਤਰ੍ਹਾਂ ਸੀਗਾ ਕਿ ਜਿਹੜੇ ਹਰਮ ਦਾ ਖਾਣਾ ਬਣਦਾ ਸੀ ਸਾਰਾ ਇੱਕ ਜਗ੍ਹਾ ਬਣਦਾ ਸੀ, ਉਦੋਂ ਬਾਅਦ ਜਿਹੜੇ ਥਾਲ ਜਾਂਦੇ ਸੀ ਨਾ ਸਜਾ ਕੇ ਜਿਲੇ ਜਾਂਦੇ ਸੀਗੇ, ਉਹ ਇਸ ਤਰੀਕੇ ਦੇ ਹੁੰਦੇ ਸੀ ਕਿ ਵੱਡਾ ਸਾਰਾ ਥਾਲ ਹੋਣਾ ਐਡਾ ਬੜਾ, ਉਹਦੇ ਵਿੱਚ ਇੰਨੇ ਇੰਨੇ ਚੌਲ ਸਾਰੇ ਥਾਲ ਦੇ ਵਿੱਚ ਨਾ ਉਬਾਲ ਕੇ ਗਰਮ ਚੌਲ ਰੱਖ ਲਏ ਜਾਂਦੇ ਸੀ ਥਾਲ ਦੇ ਵਿੱਚ, ਉਹਦੇ ਵਿੱਚ ਫਿਰ ਇੱਦਾਂ ਕੌਲੀਆਂ ਪਿਆਲੀ ਇੱਦਾਂ ਟਕਾ ਦਿੱਤੇ ਜਾਂਦੇ ਸੀ, ਗਰਮ ਚੌਲ ਜਿਲੇ ਹੁੰਦੇ ਸੀਗੇ ਨਾ, ਜਿੱਦਾਂ ਹੁਣ ਅੱਜ ਕੱਲ੍ਹ ਤਾਂ ਆਪਣੇ ਘਰਾਂ ਦੇ ਵਿੱਚ ਹੈਗੇ ਮਾਈਕ੍ਰੋਵੇਵ ਜਾਂ ਹੋਰ, ਉਹ ਅੱਧਾ ਘੰਟਾ ਘੰਟਾ ਖਾਣਾ ਠੰਡਾ ਨਹੀਂ ਸੀ ਹੁੰਦਾ, ਉਹ ਫਿਰ ਬਕਾਇਦਾ ਸਿਰਾਂ 'ਤੇ ਚੱਕ ਕੇ ਫਿਰ ਜਾਂਦੇ ਸੀ। ਜਿਹੜੀਆਂ ਤਾਂ ਰਾਣੀਆਂ ਵਿਆਹੀਆਂ ਹੋਈਆਂ ਸੀਗੀਆਂ ਉਹਨਾਂ ਲਈ ਸੋਨੇ ਦੇ ਥਾਲ ਹੁੰਦੇ ਸੀ, ਉਹ ਢੱਕ ਕੇ ਸਿਰਾਂ 'ਤੇ ਲੈ ਕੇ ਜਾਣੇ, ਐਡਾ ਬੜਾ ਜਿਹੜਾ ਥਾਲ ਸੀ ਉਹ ਸੋਨੇ ਦਾ ਹੁੰਦਾ ਸੀ, ਉਹ ਲੈ ਕੇ ਜਾਣਾ ਉਹਨਾਂ ਲਈ,
ਤੇ ਜਿਹੜੀਆਂ ਦੂਜੀਆਂ ਰਖੇਲਾਂ ਵਗੈਰਾ ਸੀਗੀਆਂ ਉਹਨਾਂ ਲਈ ਫਿਰ ਚਾਂਦੀ ਦੇ ਥਾਲ ਹੁੰਦੇ ਸੀਗੇ, ਤਾਂ ਜਿਹੜੀਆਂ 46 ਸੀਗੀਆਂ ਦੂਜੀਆਂ ਉਹਨਾਂ ਲਈ ਤਾਂਬੇ ਦੇ ਥਾਲ ਹੁੰਦੇ ਸੀ। ਇਹ ਤਿੰਨ ਰੁਤਬੇ ਮਹਿਲ ਦੇ ਵਿੱਚ ਇਸ ਤਰ੍ਹਾਂ ਦੇ ਹੁੰਦੇ ਸੀ। ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੀਆਂ ਸੀਗੀਆਂ 9 ਰਾਣੀਆਂ, ਉਹਨਾਂ ਦੇ ਵਿੱਚੋਂ 2 ਸੀਗੀਆਂ ਮਹਾਰਾਜਾ ਜਿਹੜਾ ਰਾਜਾ ਸੀ ਨਾ ਸੰਸਾਰ ਚੰਦ ਕਟੋਚ ਦਾ ਕਾਂਗੜੇ ਦਾ, ਉਹਦੀਆਂ 2 ਲੜਕੀਆਂ ਸੀਆਂ। ਇਹ ਜਦੋਂ ਉਹਦੇ 'ਤੇ ਅਟੈਕ ਹੋ ਗਿਆ ਸੀ, ਉਧਰੋਂ ਥਾਪਾ ਸੀ ਜਨਰਲ ਨੇਪਾਲ ਦਾ, ਉਹਨੂੰ ਕਰਤਾ ਕਾਂਗੜੇ ਦਾ, ਉਹਦਾ ਉਹਨੂੰ ਜਿੱਤ ਲੈਣਾ ਸੀ, ਅਤੇ ਉਹਨੇ ਜਾਣੀ ਇਹ ਰਣਜੀਤ ਸਿੰਘ ਦੇ ਉਹ ਹੈਲਪ ਮੰਗੀ। ਜ਼ਿਲ੍ਹੇ ਰਣਜੀਤ ਸਿੰਘ ਨੇ ਹੈਲਪ ਕੀਤੀ, ਤਾਂ ਉਸ ਵੇਲੇ ਉਹਨਾਂ ਉਹਦੀਆਂ ਸ਼ਰਤਾਂ ਦੇ ਵਿੱਚ 2 ਕੁੜੀਆਂ ਸੰਸਾਰ ਚੰਦ ਦੀਆਂ ਵਿਆਹ ਕੇ ਰਣਜੀਤ ਸਿੰਘ ਨੇ ਲਿਆਂਦੀਆਂ, ਉਹਨਾਂ ਦੇ ਨਾਲੇ ਦੀਆਂ ਮੈਰਿਜ ਹੋਈਆਂ। ਵੱਡੀ ਦਾ ਨਾਂ ਸੀ ਗੁੱਡਾ ਅਤੇ ਛੋਟੀ ਦਾ ਨਾਂ ਸੀਗਾ ਰਾਜ ਬੰਸੋ। ਇੱਕ ਦਿਨ ਜਾਣੀ ਮਹਾਰਾਜਾ ਆਪਣੀਆਂ ਰਾਣੀਆਂ ਦੇ ਵਿੱਚ ਬੈਠਾ ਇੱਕ ਡਾਂਸ ਦੇਖ ਰਿਹਾ ਸੀ, ਅੱਲਾ ਦੇ ਨਾਮ ਦੀ ਜਾਣੀ ਨਾਚੀ ਨੱਚ ਰਹੀ ਸੀ। ਜਿਹੜੇ ਨੱਚ ਹਟੀ ਉਹ, ਤਾਂ ਰਾਣੀਆਂ ਵੀ ਸਾਰੀਆਂ ਬੈਠੀਆਂ, ਹੋਰ ਕੋਈ ਨਹੀਂ ਸੀ ਹੈਗਾ, ਬੰਦਾ ਕੋਈ ਨਹੀਂ ਸੀ ਜਾ ਸਕਦਾ ਹਰਮ ਦੇ ਵਿੱਚ ਸਵਾਏ ਨੂਰਉਦੀਨ ਤੋਂ। ਅਤੇ ਉਹ ਨਾਚੀ ਨੂੰ ਹੱਸਦਾ ਹੋਇਆ ਮਹਾਰਾਜਾ ਕਹਿੰਦਾ ਵੀ ਦੱਸ ਆ ਮੇਰੀਆਂ ਰਾਣੀਆਂ ਦੇ ਵਿੱਚ ਸੋਹਣੀ ਕਿਹੜੀ, ਸਭ ਤੋਂ ਸੋਹਣੀ ਕਿਹੜੀ ਆ। ਉਹ ਵਿਚਾਰੀ ਡਰਦੀ ਦੱਸੇ ਨਾ ਵੀ ਮੈਂ ਇੱਕ ਨੂੰ ਸੋਹਣੀ ਕਹਿ ਦਿੱਤਾ, ਬਾਕੀ ਦੀਆਂ ਤਾਂ ਮੇਰੇ ਨਾਲ ਨਾਰਾਜ਼ ਹੋ ਜਾਊਗੀਆਂ। ਉਹ ਇੱਕ ਚੁੱਪ ਜੀ ਰਹੀ, ਤਾਂ ਮਹਾਰਾਜਾ ਕਹਿੰਦਾ ਤੈਨੂੰ ਦੱਸਣਾ ਪਊਗਾ ਵੀ ਮੇਰੇ ਅਤੇ ਸਾਰੀਆਂ 'ਚ ਸੋਹਣੀ ਕਿਹੜੀ ਆ। ਉਹ ਕਹਿ ਬੈਠੀ ਵੀ ਜਿਹੜੀ ਰਾਜਬੰਸੋ ਆ ਇਹ ਤੇਰੇ ਹਰਮ ਦਾ ਚੰਦ ਆ, ਤਾਂ ਬਾਕੀ ਦੇ ਤਾਰੇ ਆ। ਉਹਦੀ ਜੋ ਓਪੀਨੀਅਨ ਸੀ ਉਹ ਕਹਿ ਬੈਠੀ, ਅਤੇ ਮਹਾਰਾਜੇ ਦੇ ਮੂੰਹੋਂ ਕੀ ਲਫ਼ਜ਼ ਨਿਕਲੇ, ਕਹਿੰਦਾ ਕੀ ਨਾਂ ਸੀ ਮੋਹਰਾਂ ਬਾਰੇ ਤੇਰਾ ਕੀ ਖਿਆਲ ਹੈ। ਅਤੇ ਉਹ ਗੁੱਡੋ ਜਿਹੜੀ ਰਾਜਬੰਸੋ ਸੀ ਉਹਨੂੰ ਇਸ ਗੱਲ ਦਾ ਬਹੁਤ ਬੁਰਾ ਲੱਗਾ ਵੀ ਜੇ ਉਹਨੂੰ ਕਿਹਾ ਮੈਨੂੰ ਸਭ ਤੋਂ ਸੋਹਣੀ ਆ, ਅਤੇ ਲੇਕਿਨ ਮੈਂ ਮਹਾਰਾਜੇ ਦੀਆਂ ਨਜ਼ਰਾਂ 'ਚ ਸੋਹਣੀ ਨਹੀਂ ਹੈਗੀ, ਮਹਾਰਾਜੇ ਦੀਆਂ ਨਜ਼ਰਾਂ ਦੇ ਵਿੱਚ ਮੋਹਰਾਂ ਹੀ ਸੋਹਣੀ ਆ। ਮੋਹਰਾਂ ਇੱਕ ਮੁਸਲਮਾਨ ਜਿਹੜੀ ਕੰਜਰੀਆਂ ਜਿਹੜੀਆਂ ਡਾਂਸਰਾਂ ਸੀ ਉਹ ਸੀ, ਅੰਮ੍ਰਿਤਸਰ ਰਹਿੰਦੀ ਸੀ ਉਹ, ਬਹੁਤ ਮਹਾਰਾਜਾ ਕਿਤੇ ਉਹਦਾ ਡਾਂਸ ਅੰਮ੍ਰਿਤਸਰ ਗਿਆ ਹੋਇਆ, ਉਹਦਾ ਡਾਂਸ ਦੇਖ ਕੇ ਆਇਆ, ਉਦਣੀ ਉਹ ਕਹਿੰਦਾ ਵੀ ਇਹਦੇ ਨੇ ਵਿਆਹ ਕਰਵਾਉਣਾ। ਮੋਹਰਾਂ ਦਾ ਜਿਹੜਾ ਬਾਪ ਸੀ ਉਹ ਮੁਸਲਮਾਨ ਸੀ, ਉਹਨੂੰ ਕਿਹਾ ਵੀ ਮਹਾਰਾਜ ਜੀ ਨੇ ਟਾਲਾਂ ਕਿੱਦਾਂ, ਉਹ ਕਹਿੰਦਾ ਮਹਾਰਾਜਾ ਸਾਹਿਬ ਵੀ ਬੜਾ ਔਖਾ ਹੈ, ਤੁਹਾਨੂੰ ਪਤਾ ਨਹੀਂ ਸਾਡੇ ਕੰਜਰਾਂ ਦੇ ਰਸਮੋਂ ਰਿਵਾਜ਼ ਕਿੱਦਾਂ ਦੇ ਹੁੰਦੇ ਆ, ਵੀ ਸਾਡੇ ਰਿਵਾਜ਼ ਇਹ ਆ ਵੀ ਜਿਹੜਾ ਸਾਡਾ ਜਵਾਈ ਬਣਨਾ ਨਾ ਉਹਨੂੰ ਅਸੀਂ ਪਹਿਲਾਂ ਕਹਿੰਦੇ ਹਾਂ ਇੱਥੇ ਚੁੱਲ੍ਹਾ ਬਣਾ ਅਤੇ ਚੁੱਲ੍ਹਾ ਬਾਲ, ਅੱਗ ਬਾਲ ਚੁੱਲ੍ਹੇ ਦੇ ਵਿੱਚ, ਵੀ ਤੇਰੇ ਕੋਲੋਂ ਇਹ ਹੋ ਜੂ। ਮਹਾਰਾਜ ਕਹਿੰਦੇ ਇਹ ਕਿਹੜੀ ਗੱਲ ਹੈ, ਮੈਂ ਚੁੱਲ੍ਹਾ ਬਣਾ ਲਊ ਚੁੱਲ੍ਹਾ ਬਾਲ ਵੀ ਦਊਂਗਾ। ਉਹਨੂੰ ਇੰਨਾ ਇਸ਼ਕ ਸੀ ਮੋਹਰਾਂ ਦੇ ਨਾਲ, ਅਤੇ ਦੇਖੋ ਉਹਨੇ ਜਾਣੀ ਮਹਾਰਾਜੇ ਨੇ ਮੋਹਰਾਂ ਦੇ ਨਾਲ ਵਿਆਹ ਕਰਵਾਉਣ ਲਈ ਚੁੱਲ੍ਹਾ ਵੀ ਬਾਲਿਆ, ਜਾਣੀ ਖੁਦ ਬਣਾ ਕੇ ਆਪਣੇ ਹੱਥੀਂ, ਕਿਉਂਕਿ ਉਹਨਾਂ ਦੀ ਸ਼ਰਤ ਪੂਰੀ ਕਰਨੀ ਸੀ। ਫਿਰ ਉਹਨਾਂ ਦਾ ਸਿਗਾ, ਉਹ ਕਹਿੰਦਾ ਵੀ ਮੈਂ ਇਸਲਾਮ ਧਰਮ ਦੇ ਹਿਸਾਬ ਨਾਲ ਨਿਕਾਹ ਪੜਾਉਣਾ, ਅਤੇ ਉਹ ਕਹਿੰਦਾ ਪੜਾ ਲਾ ਯਾਰ, ਆਪਾਂ ਨੂੰ ਕੀ ਫਰਕ ਪੈਂਦਾ, ਜੋ ਮਰਜ਼ੀ ਕਰ ਲਾ। ਇਹ ਮਹਾਰਾਜੇ ਦੀ ਇੱਦਾਂ ਦੀਆਂ ਜਿਹੜੀ ਗੱਲਾਂ, ਅਤੇ ਇਹ ਜਿਲ੍ਹੇ ਫਿਰ ਉਹ ਮੋਹਰਾਂ ਦੇ ਨਾਲ ਉਹਦਾ ਇੰਨਾ ਵਾਕਈ ਇਸ਼ਕ ਸੀ ਮਹਾਰਾਜੇ ਦਾ, ਉਹਨੂੰ ਲੈ ਕੇ ਫਿਰ ਇਹ ਹਰਿਦੁਆਰ ਲੈ ਕੇ ਗਿਆ ਮਹਾਰਾਜਾ। ਅਤੇ ਰਾਹ ਦੇ ਵਿੱਚ ਸਾਰੇ ਰਾਜਿਆਂ ਨੇ ਉਹਨੂੰ ਸਲਾਮਾਂ ਭੇਟ ਕੀਤੀਆਂ, ਅਤੇ ਜਿਲ੍ਹੇ ਅਕਾਲੀ ਫੂਲਾ ਸਿੰਘ ਨੂੰ ਪਤਾ ਲੱਗਾ ਵੀ ਇਹਨਾਂ 'ਤੇ ਨਿਕਾਹ ਕਰਾ ਲਿਆ, ਅਤੇ ਨਾਲੇ ਉਹਦੇ ਨਾਂ ਸਿੱਕਾ ਜਾਰੀ ਕਰ ਦਿੱਤਾ ਹੈਗਾ, ਅਤੇ ਉਹਨੂੰ ਦਰਬਾਰ ਸਾਹਿਬ ਸੱਦ ਲਿਆ ਜੀ ਕਾਲ ਤਖ਼ਤ 'ਤੇ ਵੀ ਆ ਉਰੇ, ਤੂੰ ਤਾਂ ਕਹਿੰਦਾ ਰਾਜ ਖਾਲਸਾ, ਰਾਜ ਖਾਲਸਾ ਇੱਦਾਂ ਦਾ ਹੁੰਦਾ ਖਾਲਸਿਆਂ ਦਾ ਰਾਜ ਵੀ, ਅਤੇ ਤੂੰ ਨਿਕਾਹ ਕਰਾਇਆ ਮੁਸਲਮਾਨੀ ਨਾਲ। ਅਤੇ ਮਹਾਰਾਜਾ ਬੜਾ ਨੀਤੀਵਾਨ ਸੀ, ਇਹ ਚੁੱਪ ਕਰਕੇ ਇਕੱਲਾ ਹੀ ਕੱਛਾ ਜਾਣੀ ਆਪਣੀ ਸਾਰੇ ਕੱਪੜੇ ਲਾ ਦਿੱਤੇ, ਨੰਗੇ ਪੈਰੀ ਨਾ ਇਕੱਲਾ ਕੱਛਾ ਪਾ ਕੇ ਤਾਂ ਪੇਸ਼ ਹੋ ਗਿਆ ਮਾ ਅਕਾਲੀ ਫੂਲਾ ਸਿੰਘ ਦਾ, ਬੰਨੋ ਇਹਨੂੰ ਇੱਥੇ ਬੇਰੀ ਦੇ ਨਾਲ, ਸੱਚਮੁੱਚ ਬੇਰੀ ਦੇ ਨਾਲ ਮਹਾਰਾਜਾ ਬੰਨ ਵੀ ਹੋ ਗਿਆ, ਅਤੇ ਅਕਾਲੀ ਫੂਲਾ ਸਿੰਘ ਨੇ ਕੋੜੇ ਮਾਰ ਲਈ, ਕੋੜਾ ਵੀ ਚੁੱਕ ਲਿਆ। ਤਾਂ ਫਿਰ ਬਹੁਤ ਲੋਕ ਜਿਹੜੇ ਇਕੱਠੇ ਹੋਏ ਸੀ ਉਹ ਕਹਿੰਦੇ ਜਥੇਦਾਰ ਜੀ ਵੀ ਜਾਣ ਦਿਓ, ਦੇਖੋ ਐਡਾ ਬੜਾ ਜਾਣੀ ਮਤਲਬ ਮਹਾਰਾਜਾ ਆ, ਅਤੇ ਦੇਖੋ ਇੰਨੀ ਨਿਮਰਤਾ ਦੇ ਨਾਲ ਪੇਸ਼ ਹੋ ਗਿਆ, ਅਤੇ ਹੁਣ ਤੁਸੀਂ ਕੋੜੇ ਨਾ ਇਹਦੇ ਮਾਰੇ, ਤਾਂ ਉਹਨਾਂ ਜਾਂ ਥੱਲੇ ਸੁੱਟ ਦਿੱਤਾ ਕੋੜਾ, ਉਹਨਾਂ ਜਾਣੀ ਮਾਰੇ ਨਹੀਂ ਕੋੜੇ ਮਾਰੇ। ਅਤੇ ਇਸ ਤਰ੍ਹਾਂ ਦੀ ਇਹਦੀ ਮਹਾਰਾਜੇ ਦੀ ਜਿਹੜੀ ਜ਼ਿੰਦਗੀ ਸੀ, ਮੋਹਰਾਂ ਜਿਹੜੀ ਸੀ ਉਹ ਬੜੇ ਹਲਕੇ ਫੁਲਕੇ ਮਜ਼ਾਕ ਵੀ ਕਰ ਲੈਂਦੀ ਸੀ। ਰਣਜੀਤ ਸਿੰਘ ਨੇ ਇੱਕ ਵਾਰ ਉਹਨੂੰ ਕਹਿੰਦੀ, ਜਿਲ੍ਹੇ ਖੁਦਾ ਹੁਸਨ ਵੰਡਦਾ ਸੀ ਤੂੰ ਕਿੱਥੇ ਗਿਆ ਹੋਇਆ ਸੀ, ਰਣਜੀਤ ਸਿੰਘ ਨੂੰ ਕਹਿੰਦੀ, ਕਹਿੰਦਾ ਮੈਂ ਉਸ ਵੇਲੇ ਰਾਜ ਭਾਗ ਪ੍ਰਾਪਤ ਕਰਨ ਵਿੱਚ ਲੱਗਾ ਸੀ ਕਿ ਤੇਰੇ ਵਰਗੇ ਨੂੰ ਆਪਣੇ ਹਰਮ ਦਾ ਸ਼ਿੰਗਾਰ ਬਣਾ ਸਕਾਂ। ਇਹ ਉਹਦਾ ਜਵਾਬ ਸੀ ਮਹਾਰਾਜਾ ਰਣਜੀਤ ਸਿੰਘ ਦਾ। ਅਤੇ ਜਿਹੜੀ ਸੀਗੀ ਨਾ, ਮੈਂ ਪਹਿਲਾਂ ਦੱਸ ਚੁੱਕਾ ਵੀ ਉਹ ਰਾਜ ਬੰਸੋ ਜੀ ਨੂੰ ਮਹਾਰਾਜੇ ਨੇ ਕਿਹਾ ਵੀ ਨਹੀਂ ਤੂੰ
ਮੋਹਰਾਂ ਦੇ ਬਾਰੇ ਤੇਰਾ ਕੀ ਖਿਆਲ? ਉਹਨੂੰ ਇੰਨਾ ਇਸ ਗੱਲ ਦਾ ਗੁੱਸਾ ਆਇਆ, ਉਹ ਆਪਣੇ ਕਮਰੇ ਜਾ ਕੇ ਤਾਂ ਅਫੀਮ ਖਾ ਕੇ ਜਾਣੀ ਮਰ ਗਈ, ਸੁੱਤੀ ਮੁੜ ਕੇ ਨਹੀਂ ਉੱਠੀ, ਇੰਨਾ ਜਾਣੀ ਉਹਨੇ ਇਸ ਗੱਲ ਦਾ ਬੁਰਾ ਬਣਾਇਆ। ਅਤੇ ਜਿਹੜੀ ਵੱਡੀ ਸੀਗੀ ਉਹ ਫਿਰ ਮਹਾਰਾਜੇ ਦੇ ਨਾਲ ਕੁਛ ਚਿਤਾ ਦੇ ਨਾਲ ਰਾਣੀਆਂ ਖਰੇ ਕਿੰਨੀਆਂ ਇਹ ਮੈਨੂੰ ਹੁਣ ਯਾਦ ਨਹੀਂ, ਸਤੀ ਵੀ ਹੋਈਆਂ ਸੀ। ਅਤੇ ਜਿਹੜੀ ਮਹਾਰਾਜਾ ਰਾਜਾ ਕਟੋਰ ਦੀ ਸੀ ਕੁੜੀ ਗੁੱਡਾ, ਉਹ ਉਸ ਵੇਲੇ ਸਤੀ ਹੋਈ ਸੀ ਨਾਲ ਮਹਾਰਾਜਾ ਦੀ ਚਿਤਾ ਦੇ ਵਿੱਚ। ਅਤੇ ਬਾਕੀ ਇੱਕ ਵਾਰ ਇੱਕ ਨਾਚੀ ਸੀ, ਉਹਦੀਆਂ ਬਿੱਲੀਆਂ ਅੱਖਾਂ ਕਰਕੇ ਮਹਾਰਾਜਾ ਉਹਨੂੰ ਕਹਿੰਦਾ, ਬਿੱਲੋ ਉਹਦਾ ਨਾਂ ਸੀ, ਉਹਨੂੰ ਕਹਿੰਦਾ ਆਹ ਦੇਖ ਮੇਰੇ ਗਲ 'ਚ 15,000 ਰੁਪਏ ਦਾ ਹਾਰ ਆ। 15,000 ਉਸ ਵੇਲੇ ਅੱਜ ਕੱਲ੍ਹ ਦੇ ਤਾਂ ਮੇਰੇ 2-4 ਕਰੋੜ ਰੁਪਏ ਦੇ ਬਰਾਬਰ ਹੋਣਾ। ਕਹਿੰਦਾ ਆਹ ਹਾਰ ਤੈਨੂੰ ਇਨਾਮ ਦਊਂਗਾ, ਨਾਲੇ ਤੈਨੂੰ ਜਗੀਰ ਵੀ ਲਾਊਂਗਾ। ਅਤੇ ਇੱਕ ਵਾਰ ਨਾ ਤੂੰ ਆਹ ਜਿਹੜਾ ਫਕੀਰ ਨੂਰਉਦੀਨ ਆ ਇਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਤਾਂ ਕੋਈ ਇਹਨੂੰ ਪਿਆਰ ਕਰਕੇ ਦਿਖਾ। ਉਹ ਜਾਣ ਕੇ ਉਹਨੂੰ ਛੇੜਨਾ ਚਾਹੁੰਦਾ ਸੀ ਨੂਰਉਦੀਨ ਨੂੰ, ਅਤੇ ਉਹ ਬੜੀ ਹੁਸ਼ਿਆਰ ਸੀ, ਉਹ ਕਹਿੰਦੀ ਨਾ ਮਹਾਰਾਜ, ਕਹਿੰਦਾ ਨੂੰ ਹੱਥ ਲਾ ਕੇ ਇਹ ਕੰਮ ਮੇਰੇ ਤੋਂ ਨਹੀਂ ਹੋਣਾ। ਉਸ ਪਵਿੱਤਰ ਕਹਿੰਦੀ ਆਤਮਾ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਮੈਂ ਅੰਨੀ ਨਹੀਂ ਹੋਣਾ। ਸੋ ਇੱਦਾਂ ਦੀਆਂ ਗੱਲਾਂ ਜਿਹੜੀਆਂ ਮੈਂ ਖਾਸ ਤੌਰ 'ਤੇ ਨੋਟ ਕੀਤੀਆਂ ਸੀ, ਇਹ ਮੈਂ ਤੁਹਾਨੂੰ ਦੱਸੀਆਂ। ਜੇ ਚੰਗੀਆਂ ਲੱਗਣ ਤਾਂ ਠੀਕ ਹੈ, ਬਾਕੀ ਮਾਫ਼ੀ ਦੇ।